Aduh, pecah aja. Aduh, aduh, pecah. ਦੇਖੋ ਅੱਜ ਦੋ ਅਹਿਮ ਰਿਪੋਰਟਸ ਟੇਬਲ ਕੀਤੀਆਂ ਗਈਆਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ। ਇੱਕ ਕਿਸਾਨ ਖੁਦਕੁਸ਼ੀਆਂ ਤੇ ਖੇਤ ਮਜ਼ਦੂਰਾਂ ਦੀ ਆਤਮ ਹੱਤਿਆ ਨੂੰ ਲੈ ਕੇ ਜਿਹੜੀ ਵਿਧਾਨ ਸਭਾ ਦੀ ਕਮੇਟੀ ਗਠਿਤ ਕੀਤੀ ਗਈ ਸੀਗੀ, ਉਸ ਕਮੇਟੀ ਨੇ ਬਹੁਤ ਕੰਮ ਕੀਤਾ, ਉਹਨਾਂ ਨੇ ਆਹ ਰਿਪੋਰਟ ਅੱਜ ਟੇਬਲ ਕੀਤੀ ਆ। ਅੱਜ ਸੈਸ਼ਨ ਖਤਮ ਹੋ ਰਿਹਾ ਵਾ, ਇਸ ਰਿਪੋਰਟ ਤੇ ਸਪੀਕਰ ਸਾਹਿਬ ਨੇ ਕੋਈ ਬਹਿਸ ਨਹੀਂ ਹੋਣ ਦਿੱਤੀ। ਜੇ ਪੰਜਾਬ ਦੇ ਸਦਨ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਤੇ ਖੇਤ ਮਜ਼ਦੂਰਾਂ ਦੀ ਖੁਦਕੁਸ਼ੀਆਂ ਤੇ ਕਰਜ਼ਾ ਜਿਹੜੀ ਪੰਜਾਬ ਦੀ ਵਿਧਾਨ ਸਭਾ ਦੀ ਕਮੇਟੀ ਨੇ, ਆਲ ਪਾਰਟੀ ਕਮੇਟੀ ਨੇ, ਆਹ ਕਮੇਟੀ ਨੇ ਰਿਪੋਰਟ ਬਣਾਈ ਆ, ਜੇ ਇਹਦੇ ਵਿੱਚ ਸਦਨ ਵਿੱਚ ਨਹੀਂ ਬਹਿਸ ਹੋਣੀ ਤੇ ਫਿਰ ਇਸ ਸਦਨ ਦੇ ਅੱਜ ਇਸ ਸਾਰੇ ਬਜਟ ਇਜਲਾਸ ਦਾ ਕੋਈ ਮਤਲਬ ਨਹੀਂ ਗਾ। ਇਹ ਸਰਕਾਰ ਨੇ ਰਿਪੋਰਟਾਂ ਚੋਰਾਂ ਵਾਂਗੂ ਪੇਸ਼ ਕਰਕੇ ਰੌਲੇ ਗੋਲੇ ਦੇ ਵਿੱਚ, ਤੇ ਉਹਨਾਂ ਦੀ ਪ੍ਰਵਾਨਗੀ ਜਸਟ ਬਿਕੋਜ਼ ਮੈਜੋਰਿਟੀ ਆ ਕਾਂਗਰਸ ਦੇ ਕੋਲ। ਮੈਂਬਰ ਜਿਹੜੇ ਕਮੇਟੀ ਆ, ਨਾਜਰ ਸਿੰਘ ਜੀ ਮਾਨਸ਼ਾਹੀ ਆ ਸਾਡੇ ਇਸ ਕਮੇਟੀ ਦੇ ਮੈਂਬਰ ਸੀ, ਮਿਸਟਰ ਚੰਦੂ ਮਾਜਰਾ ਅਕਾਲੀਆਂ ਦੇ ਇਸ ਕਮੇਟੀ ਦੇ ਮੈਂਬਰ ਸੀ, ਮੈਂਬਰਾਂ ਨੂੰ ਵੀ ਨਹੀਂ ਬੋਲਣ ਦਿੱਤਾ ਗਿਆ। ਔਰ ਇਸੇ ਤਰ੍ਹਾਂ ਹੀ ਦੂਸਰੀ ਭ੍ਰਿਸ਼ਟਾਚਾਰ ਨੂੰ ਲੈ ਕੇ ਨਾਰੰਗ ਕਮੇਟੀ ਦੀ ਰਿਪੋਰਟ, ਜਸਟਿਸ ਨਾਰੰਗ ਕਮਿਸ਼ਨ ਦੀ ਰਿਪੋਰਟ ਚੋਰਾਂ ਵਾਂਗੂ ਪੇਸ਼ ਕਰਤੀ। ਕੱਲ ਮੈਂ ਜ਼ੀਰੋ ਆਵਰ 'ਚ ਮਸਲਾ ਉਠਾਇਆ ਸੀ, ਸਾਰਾ ਮੀਡੀਆ ਸੁਣਿਆ ਤੁਸੀਂ ਕਿ ਜਸਟਿਸ ਨਾਰੰਗ ਰਿਪੋਰਟ, ਪਤਾ ਲੱਗਿਆ ਤੁਸੀਂ ਟੇਬਲ ਕਰ ਰਹੇ ਹੋ, ਉਹਦੇ ਵਿੱਚ ਕੀ ਐਕਸ਼ਨ ਲੈ ਰਹੇ ਹੋ, ਉਸ ਐਕਸ਼ਨ ਦਾ ਪੁੱਛਣ, ਕਰਪਸ਼ਨ ਦਾ ਐਕਸ਼ਨ ਪੁੱਛਣਾ ਸਾਡਾ ਅਧਿਕਾਰ ਆ। ਕਿ ਜਿਹੜੀਆਂ ਮਾਈਨਾਂ ਕੈਂਸਲ ਕੀਤੀਆਂ ਉਹਨਾਂ ਦਾ ਜਿਹੜਾ 29 ਕਰੋੜ ਰੁਪਈਆ, ਜਿਹੜਾ ਇਹ ਰਾਣੇ ਜਿਹੜਾ ਕਰਪਟ ਮਿਨਿਸਟਰ ਸੀ ਟੇਂਟਡ, ਜਿਹਨੂੰ ਅਸਤੀਫਾ ਦੇਣਾ ਪਿਆ ਗੁਰਜੀਤ ਨੂੰ, ਕੀ ਇਸ ਬੰਦੇ ਨੇ ਤੇ ਇਹਦੇ ਜਿਹੜੇ ਉਹ ਬੇਨਾਮੀ ਜਿਹੜੇ ਬੰਦੇ ਅੱਗੇ ਪੇਸ਼ ਕੀਤੇ ਸੀ, ਕੀ ਉਹਨਾਂ ਦਾ 29 ਕਰੋੜ ਰੁਪਈਆ ਸਰਕਾਰ ਵਾਪਸ ਕਰ ਰਹੀ ਹੈ ਕਿ ਨਹੀਂ ਕਰ ਰਹੀ। ਇਹ ਸਾਰੀਆਂ ਗੱਲਾਂ ਚੋਰਾਂ ਵਾਂਗੂ ਸਦਨ ਤੋਂ ਲੁਕੋ ਕੇ, ਔਰ ਅੱਜ ਉਸ ਤੋਂ ਪਹਿਲਾਂ ਵਿਧਾਨ ਸਭਾ ਸੈਸ਼ਨ ਸਾਈਨ ਡਾਏ, ਯਾਨੀ ਕਿ ਅਣਮਿੱਥੇ ਸਮੇਂ ਲਈ ਉੱਠ ਜਾਵੇਗਾ, ਉਹ ਪਹਿਲਾਂ ਮਤਾ ਪਾਸ ਕਰਾ ਲਿਆ। ਮੈਨੂੰ ਬਹੁਤ ਦੁੱਖਣਾ ਕਹਿਣਾ ਪੈਂਦਾ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਭ੍ਰਿਸ਼ਟਾਚਾਰ ਵਰਗੇ ਅਹਿਮ ਮਸਲਿਆਂ ਤੇ ਪੰਜਾਬ ਸਰਕਾਰ ਆਪੋਜੀਸ਼ਨ ਦਾ ਸਾਹਮਣਾ ਨਹੀਂ ਕਰ ਸਕਦੀ। ਚੋਰਾਂ ਵਾਂਗੂ ਭੱਜ ਕੇ ਔਰ ਰਿਪੋਰਟਾਂ ਟੇਬਲ ਕਰਕੇ ਬਿਨਾਂ ਡਿਸਕਸ਼ਨ ਤੋਂ, ਕਦੀ ਸੁਣਿਆ ਤੁਸੀਂ ਕਿਸੇ ਜਮਹੂਰੀ ਢਾਂਚੇ ਦੇ ਵਿੱਚ ਬਿਨਾਂ ਡਿਸਕਸ਼ਨ ਕੋਈ ਰਿਪੋਰਟ? ਬੰਦ ਕਰੋ, ਬੰਦ ਕਰੋ, ਬੰਦ ਕਰੋ, ਜੋ ਟੈਕਸ ਬੰਦ ਕਰੋ।